ਨਮਕ ਅਤੇ ਚੀਨੀ ਬ੍ਰਾਂਡਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਆਏ ਸਾਹਮਣੇ। ਚੀਨੀ ਚੋਂ ਪਲਾਸਟਿਕ ਮਿਲਣਾ ਸਿਹਤ ਲਈ ਬਣਿਆ ਚਿੰਤਾ ਦਾ ਵਿਸ਼ਾ। ਪੂਰੀ ਰਿਪੋਰਟ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ। ਦਰਅਸਲ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਨਮਕ ਅਤੇ ਚੀਨੀ ਬ੍ਰਾਂਡਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਸਾਹਮਣੇ ਆਏ ਨੇ। ਭਾਰਤੀ ਨਮਕ ਅਤੇ ਖੰਡ ਦੇ ਬ੍ਰਾਂਡਾਂ ਦੇ ਵਿੱਚ ਮਾਈਕਰੋ ਪਲਾਸਟਿਕਸ ਹੋਣ ਦਾ ਦਾਅਵਾ ਕੀਤਾ ਗਿਆ। ਇਸ ਰਿਪੋਰਟ 'ਚ 10 ਤਰ੍ਹਾਂ ਦੇ ਨਮਕ ਅਤੇ 5 ਤਰ੍ਹਾਂ ਦੀ ਖੰਡ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਗਿਆ। ਖੋਜ ਦੇ ਅਨੁਸਾਰ ਸਾਰੇ ਭਾਰਤੀ ਨਮਕ ਅਤੇ ਖੰਡ ਦੇ ਬ੍ਰਾਂਡ ਪੈਕ ਕੀਤੇ ਅਤੇ ਅਨਪੈਕ ਕੀਤੇ ਦੇ ਵਿੱਚ ਮਾਈਕਰੋ ਪਲਾਸਟਿਕਸ ਪਾਏ ਗਏ ਹਨ। ਉੱਥੇ ਹੀ ਰੋਕ ਲੂਣ, ਸਮੁੰਦਰੀ ਲੂਣ, ਟੇਬਲ ਲੂਣ ਅਤੇ ਕੱਚੇ ਲੂਣ ਦੇ ਨਮੂਨਿਆਂ ਉੱਤੇ ਖੋਜ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਬਾਜ਼ਾਰਾਂ ਤੋਂ ਖਰੀਦੀ ਗਈ ਖੰਡ ਨੂੰ ਵੀ ਰਿਪੋਰਟਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਖੋਜ ਦੇ ਵਿੱਚ ਸਾਰੇ ਨਮੂਨਿਆਂ ਦੇ ਵਿੱਚ ਫਾਈਬਰਸ ਪਲੇਟਸ ਅਤੇ ਟੁਕੜਿਆਂ ਦੇ ਰੂਪ ਦੇ ਵਿੱਚ ਮਾਈਕਰੋ ਪਲਾਸਟਿਕਸ ਦੀ ਮੌਜੂਦਗੀ ਪਾਈ ਗਈ ਸੀ। ਉੱਥੇ ਹੀ ਮਾਈਕਰੋ ਪਲਾਸਟਿਕਸ ਦਾ ਆਕਾਰ ਸੀ ਜੋ 0.1 ਤੋਂ 5 ਮਿਲੀਮੀਟਰ ਤੱਕ ਰਿਕਾਰਡ ਕੀਤਾ ਗਿਆ ਸੀ। ਤਾਂ ਦੱਸ ਦਈਏ ਕਿ ਆਇਓਡੀਨ ਯੁਕਤ ਲੂਣ ਦੇ ਵਿੱਚ ਵੀ ਮਾਈਕਰੋ ਪਲਾਸਟਿਕਸ ਦਾ ਉੱਚ ਪੱਧਰ ਪਾਇਆ ਗਿਆ। ਇਸ ਦੇ ਵਿੱਚ ਪਤਲੇ ਰੇਸ਼ਿਆਂ ਦੇ ਰੂਪ ਦੇ ਵਿੱਚ ਮਾਈਕਰੋ ਪਲਾਸਟਿਕ ਮੌਜੂਦ ਪਾਇਆ ਗਿਆ। ਖੋਜ ਦਾ ਉਦੇਸ਼ ਮਾਈਕਰੋ ਪਲਾਸਟਿਕ ਦੇ ਡੇਟਾਬੇਸ ਨੂੰ ਇਕੱਠਾ ਕਰਨਾ ਸੀ ਤਾਂ ਜੋ ਅੰਤਰਰਾਸ਼ਟਰੀ ਪਲਾਸਟਿਕ ਸੰਧੀ ਤਹਿਤ ਸਾਰੀਆਂ ਸੰਸਥਾਵਾਂ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ ਜਾ ਸਕੇ। ਤਾਂ ਦੱਸ ਦਈਏ ਕਿ ਜੋਖਮਾਂ ਨੂੰ ਘਟਾਉਣਾ ਹੈ ਤਾਂ ਜੋ ਖੋਜਕਰਤਾ ਇਸ ਰਿਪੋਰਟ ਦੇ ਆਧਾਰ ਤੇ ਜੋਖਮਾਂ ਨੂੰ ਘਟਾਉਣ ਲਈ ਯਤਨ ਕਰ ਸਕਣ। ਤਾਂ ਉੱਥੇ ਹੀ ਇਹ ਵੀ ਜ਼ਰੂਰੀ ਹੈ ਕਿ ਇੰਨਾ ਜ਼ਿਆਦਾ ਪਲਾਸਟਿਕ ਮਿਲਣਾ ਸਿਹਤ ਲਈ ਕਿੰਨਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਇਸ ਦੇ ਦੁਰਗਾਮੀ ਨਤੀਜਿਆਂ ਨਾਲ ਨਜਿੱਠਣ ਲਈ ਹੋਰ ਅਧਿਐਨ ਜ਼ਰੂਰੀ ਨੇ। ਸੁੱਕੇ ਨਮਕ ਦੇ ਵਿੱਚ ਮਾਈਕਰੋ ਪਲਾਸਟਿਕਸ ਦੀ ਮੌਜੂਦਗੀ 6.71 ਤੋਂ 90 ਤੱਕ ਦੱਸੀ ਗਈ ਹੈ। ਸਭ ਤੋਂ ਵੱਧ ਡੈਸਿਟੀ ਆਇਓਡੀਨ ਵਾਲੇ ਲੂਣ ਦੇ ਵਿੱਚ ਅਤੇ ਸਭ ਤੋਂ ਘੱਟ ਰੌਕ ਲੂਣ ਦੇ ਵਿੱਚ ਪਾਇਆ ਗਿਆ। ਖੰਡ ਦੇ ਵਿੱਚ 11.85 ਤੋਂ 68.25 ਰੁਪਏ ਪ੍ਰਤੀ ਕਿਲੋਗ੍ਰਾਮ ਪਾਇਆ ਗਿਆ। ਤਾਂ ਦੱਸ ਦਈਏ ਕਿ ਮਾਈਕਰੋ ਪਲਾਸਟਿਕ ਵਿਸ਼ਵ ਦੇ ਵਿੱਚ ਵਾਤਾਵਰਨ ਅਤੇ ਸਿਹਤ ਦੋਵਾਂ ਲਈ ਖਤਰਨਾਕ ਨੇ। ਪਲਾਸਟਿਕ ਦੇ ਛੋਟੇ ਕਣ ਪਾਣੀ, ਹਵਾ ਅਤੇ ਭੋਜਨ ਰਾਹੀਂ ਮਨੁੱਖੀ ਸਰੀਰ ਦੇ ਵਿੱਚ ਦਾਖਲ ਹੋ ਸਕਦੇ ਨੇ। ਇਹ ਕਣ ਫੇਫੜਿਆਂ ਅਤੇ ਦਿਲ ਲਈ ਘਾਤਕ ਨੇ, ਜਿਸ ਨਾਲ ਨਵ ਜੰਮੇ ਬੱਚੇ ਵੀ ਬਿਮਾਰ ਹੋ ਸਕਦੇ ਨੇ। ਇਸ ਤੋਂ ਪਹਿਲਾਂ ਵੀ ਇੱਕ ਖੋਜ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇੱਕ ਔਸਤ ਭਾਰਤੀ ਹਰ ਰੋਜ਼ 10 ਚਮਚ ਚੀਨੀ ਖਾਂਦਾ ਹੈ। ਇਸ ਦੇ ਨਾਲ ਹੀ ਲਗਭਗ 10.98 ਗ੍ਰਾਮ ਨਮਕ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਚਿੰਤਾਜਨਕ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਨਮਕ ਅਤੇ ਚੀਨੀ ਬ੍ਰਾਂਡਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਆਏ ਸਾਹਮਣੇ। ਚੀਨੀ ਚੋਂ ਪਲਾਸਟਿਕ ਮਿਲਣਾ ਸਿਹਤ ਲਈ ਬਣਿਆ ਚਿੰਤਾ ਦਾ ਵਿਸ਼ਾ। ਪੂਰੀ ਰਿਪੋਰਟ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ। ਦਰਅਸਲ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਨਮਕ ਅਤੇ ਚੀਨੀ ਬ੍ਰਾਂਡਾਂ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਸਾਹਮਣੇ ਆਏ ਨੇ। ਭਾਰਤੀ ਨਮਕ ਅਤੇ ਖੰਡ ਦੇ ਬ੍ਰਾਂਡਾਂ ਦੇ ਵਿੱਚ ਮਾਈਕਰੋ ਪਲਾਸਟਿਕਸ ਹੋਣ ਦਾ ਦਾਅਵਾ ਕੀਤਾ ਗਿਆ। ਇਸ ਰਿਪੋਰਟ 'ਚ 10 ਤਰ੍ਹਾਂ ਦੇ ਨਮਕ ਅਤੇ 5 ਤਰ੍ਹਾਂ ਦੀ ਖੰਡ ਦੀ ਜਾਂਚ ਕਰਨ ਦਾ ਦਾਅਵਾ ਕੀਤਾ ਗਿਆ। ਖੋਜ ਦੇ ਅਨੁਸਾਰ ਸਾਰੇ ਭਾਰਤੀ ਨਮਕ ਅਤੇ ਖੰਡ ਦੇ ਬ੍ਰਾਂਡ ਪੈਕ ਕੀਤੇ ਅਤੇ ਅਨਪੈਕ ਕੀਤੇ ਦੇ ਵਿੱਚ ਮਾਈਕਰੋ ਪਲਾਸਟਿਕਸ ਪਾਏ ਗਏ ਹਨ। ਉੱਥੇ ਹੀ ਰੋਕ ਲੂਣ, ਸਮੁੰਦਰੀ ਲੂਣ, ਟੇਬਲ ਲੂਣ ਅਤੇ ਕੱਚੇ ਲੂਣ ਦੇ ਨਮੂਨਿਆਂ ਉੱਤੇ ਖੋਜ ਕੀਤੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਬਾਜ਼ਾਰਾਂ ਤੋਂ ਖਰੀਦੀ ਗਈ ਖੰਡ ਨੂੰ ਵੀ ਰਿਪੋਰਟਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ। ਖੋਜ ਦੇ ਵਿੱਚ ਸਾਰੇ ਨਮੂਨਿਆਂ ਦੇ ਵਿੱਚ ਫਾਈਬਰਸ ਪਲੇਟਸ ਅਤੇ ਟੁਕੜਿਆਂ ਦੇ ਰੂਪ ਦੇ ਵਿੱਚ ਮਾਈਕਰੋ ਪਲਾਸਟਿਕਸ ਦੀ ਮੌਜੂਦਗੀ ਪਾਈ ਗਈ ਸੀ। ਉੱਥੇ ਹੀ ਮਾਈਕਰੋ ਪਲਾਸਟਿਕਸ ਦਾ ਆਕਾਰ ਸੀ ਜੋ 0.1 ਤੋਂ 5 ਮਿਲੀਮੀਟਰ ਤੱਕ ਰਿਕਾਰਡ ਕੀਤਾ ਗਿਆ ਸੀ। ਤਾਂ ਦੱਸ ਦਈਏ ਕਿ ਆਇਓਡੀਨ ਯੁਕਤ ਲੂਣ ਦੇ ਵਿੱਚ ਵੀ ਮਾਈਕਰੋ ਪਲਾਸਟਿਕਸ ਦਾ ਉੱਚ ਪੱਧਰ ਪਾਇਆ ਗਿਆ। ਇਸ ਦੇ ਵਿੱਚ ਪਤਲੇ ਰੇਸ਼ਿਆਂ ਦੇ ਰੂਪ ਦੇ ਵਿੱਚ ਮਾਈਕਰੋ ਪਲਾਸਟਿਕ ਮੌਜੂਦ ਪਾਇਆ ਗਿਆ। ਖੋਜ ਦਾ ਉਦੇਸ਼ ਮਾਈਕਰੋ ਪਲਾਸਟਿਕ ਦੇ ਡੇਟਾਬੇਸ ਨੂੰ ਇਕੱਠਾ ਕਰਨਾ ਸੀ ਤਾਂ ਜੋ ਅੰਤਰਰਾਸ਼ਟਰੀ ਪਲਾਸਟਿਕ ਸੰਧੀ ਤਹਿਤ ਸਾਰੀਆਂ ਸੰਸਥਾਵਾਂ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ ਜਾ ਸਕੇ। ਤਾਂ ਦੱਸ ਦਈਏ ਕਿ ਜੋਖਮਾਂ ਨੂੰ ਘਟਾਉਣਾ ਹੈ ਤਾਂ ਜੋ ਖੋਜਕਰਤਾ ਇਸ ਰਿਪੋਰਟ ਦੇ ਆਧਾਰ ਤੇ ਜੋਖਮਾਂ ਨੂੰ ਘਟਾਉਣ ਲਈ ਯਤਨ ਕਰ ਸਕਣ। ਤਾਂ ਉੱਥੇ ਹੀ ਇਹ ਵੀ ਜ਼ਰੂਰੀ ਹੈ ਕਿ ਇੰਨਾ ਜ਼ਿਆਦਾ ਪਲਾਸਟਿਕ ਮਿਲਣਾ ਸਿਹਤ ਲਈ ਕਿੰਨਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਇਸ ਦੇ ਦੁਰਗਾਮੀ ਨਤੀਜਿਆਂ ਨਾਲ ਨਜਿੱਠਣ ਲਈ ਹੋਰ ਅਧਿਐਨ ਜ਼ਰੂਰੀ ਨੇ। ਸੁੱਕੇ ਨਮਕ ਦੇ ਵਿੱਚ ਮਾਈਕਰੋ ਪਲਾਸਟਿਕਸ ਦੀ ਮੌਜੂਦਗੀ 6.71 ਤੋਂ 90 ਤੱਕ ਦੱਸੀ ਗਈ ਹੈ। ਸਭ ਤੋਂ ਵੱਧ ਡੈਸਿਟੀ ਆਇਓਡੀਨ ਵਾਲੇ ਲੂਣ ਦੇ ਵਿੱਚ ਅਤੇ ਸਭ ਤੋਂ ਘੱਟ ਰੌਕ ਲੂਣ ਦੇ ਵਿੱਚ ਪਾਇਆ ਗਿਆ। ਖੰਡ ਦੇ ਵਿੱਚ 11.85 ਤੋਂ 68.25 ਰੁਪਏ ਪ੍ਰਤੀ ਕਿਲੋਗ੍ਰਾਮ ਪਾਇਆ ਗਿਆ। ਤਾਂ ਦੱਸ ਦਈਏ ਕਿ ਮਾਈਕਰੋ ਪਲਾਸਟਿਕ ਵਿਸ਼ਵ ਦੇ ਵਿੱਚ ਵਾਤਾਵਰਣ ਅਤੇ ਸਿਹਤ ਦੋਵਾਂ ਲਈ ਖਤਰਨਾਕ ਨੇ। ਪਲਾਸਟਿਕ ਦੇ ਛੋਟੇ ਕਣ ਪਾਣੀ, ਹਵਾ ਅਤੇ ਭੋਜਨ ਰਾਹੀਂ ਮਨੁੱਖੀ ਸਰੀਰ ਦੇ ਵਿੱਚ ਦਾਖਲ ਹੋ ਸਕਦੇ ਨੇ। ਇਹ ਕਣ ਫੇਫੜਿਆਂ ਅਤੇ ਦਿਲ ਲਈ ਘਾਤਕ ਨੇ, ਜਿਸ ਨਾਲ ਨਵ ਜੰਮੇ ਬੱਚੇ ਵੀ ਬਿਮਾਰ ਹੋ ਸਕਦੇ ਨੇ। ਇਸ ਤੋਂ ਪਹਿਲਾਂ ਵੀ ਇੱਕ ਖੋਜ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇੱਕ ਔਸਤ ਭਾਰਤੀ ਹਰ ਰੋਜ਼ 10 ਚਮਚ ਚੀਨੀ ਖਾਂਦਾ ਹੈ। ਇਸ ਦੇ ਨਾਲ ਹੀ ਲਗਭਗ 10.98 ਗ੍ਰਾਮ ਨਮਕ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਚਿੰਤਾਜਨਕ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।